ਚਿੱਟੇ ਵਾਲਾਂ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਪਪੀਤੇ ਦੇ ਪੱਤੇ ਸਾਬਤ ਹੋਣਗੇ ਚਮਤਕਾਰੀ। ਵਾਲਾਂ ਲਈ ਪਪੀਤੇ ਦੇ ਪੱਤੇ ਸਾਬਤ ਹੋਣਗੇ ਰਾਮਬਾਣ। ਇਸਦੇ ਨਾਲ ਵਾਲ ਕਾਲੇ ਵੀ ਹੋਣਗੇ ਤੇ ਲੰਮੇ ਵੀ। ਜੀ ਹਾਂ, ਚਿੱਟੇ ਵਾਲਾਂ ਦੀ ਸਮੱਸਿਆ ਇੱਕ ਅਜਿਹੀ ਸਮੱਸਿਆ ਹੈ ਜੋ ਆਮ ਤੌਰ ਤੇ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ। ਅੱਜ ਕੱਲ੍ਹ ਬਹੁਤ ਛੋਟੀ ਉਮਰ ਦੇ ਵਿੱਚ ਚਿੱਟੇ ਵਾਲ ਆ ਜਾਂਦੇ ਨੇ, ਜਿਸ ਕਰਕੇ ਕਈ ਤਰ੍ਹਾਂ ਦੇ ਕੈਮੀਕਲ ਵਾਲੇ ਕਲਰ ਲਗਾ ਕੇ ਚਿੱਟੇ ਵਾਲਾਂ ਨੂੰ ਕਾਲੇ ਕੀਤਾ ਜਾਂਦਾ ਹੈ। ਪਰ ਅਜਿਹੇ ਕਲਰ ਨਾ ਤਾਂ ਵਾਲਾਂ ਲਈ ਸਹੀ ਹੁੰਦੇ ਨੇ ਤੇ ਨਾ ਹੀ ਸਿਰ ਦੀ ਸਕਿਨ ਦੇ ਲਈ। ਕਈ ਲੋਕਾਂ ਨੂੰ ਬਹੁਤ ਬੁਰੀ ਐਲਰਜੀ ਹੋ ਜਾਂਦੀ ਹੈ, ਜਿਸ ਕਰਕੇ ਡਾਕਟਰ ਵੀ ਉਹਨਾਂ ਨੂੰ ਵਾਲ ਨਾ ਰੰਗਣ ਦੀ ਸਲਾਹ ਦਿੰਦੇ ਨੇ। ਪਰ ਅੱਜ ਅਸੀਂ ਤੁਹਾਨੂੰ ਕੁਦਰਤੀ ਢੰਗ ਦੇ ਨਾਲ ਵਾਲ ਕਾਲੇ ਕਰਨੇ, ਚਿੱਟੇ ਤੋਂ ਕਾਲੇ ਕਰਨੇ ਦੱਸਾਂਗੇ, ਜਿਸ ਨਾਲ ਵਾਲ ਕਾਲੇ ਵੀ ਹੋਣਗੇ ਅਤੇ ਲੰਮੇ ਵੀ ਹੋਣਗੇ। ਆਓ ਫਿਰ ਜਾਣਦੇ ਹਾਂ ਇਹ ਦੇਸੀ ਤੇ ਘਰੇਲੂ ਤਰੀਕਾ। ਇਸ ਤੋਂ ਬਾਅਦ ਤੁਸੀਂ ਇਹ ਵਰਤ ਕੇ ਦੱਸਣਾ ਵੀ ਹੈ, ਸਾਨੂੰ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਇਸ ਦੇ ਨਾਲ ਫਾਇਦਾ ਹੋਇਆ ਜਾਂ ਨਹੀਂ ਹੋਇਆ, ਕਿਉਂਕਿ ਕਈ ਵਾਰ ਕਿਸੇ ਨੂੰ ਫਾਇਦਾ ਹੋ ਜਾਂਦਾ, ਕਿਸੇ ਨੂੰ ਨਹੀਂ ਹੁੰਦਾ। ਹੁਣ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਬਣਦਾ ਕਿਵੇਂ ਹੈ, ਇਸ ਨੂੰ ਬਣਾਉਣਾ ਕਿਵੇਂ ਹੈ। ਤਾਂ ਟੋਨਿਕ ਬਣਾਉਣ ਦੇ ਲਈ ਇੱਕ ਮੁੱਠੀ ਪਪੀਤੇ ਦੇ ਪੱਤੇ, ਇੱਕ ਮੁੱਠੀ ਕੜੀ ਪੱਤਾ ਅਤੇ 5 ਤੋਂ 6 ਲੌਂਗਾਂ ਨੂੰ ਲੈ ਕੇ ਇੱਕ ਸ਼ੀਸ਼ੀ ਦੇ ਵਿੱਚ ਪੀਸ ਲਓ। ਹੁਣ ਇਸ ਪੇਸਟ ਨੂੰ ਸਟਰੇਨਰ ਦੀ ਮਦਦ ਦੇ ਨਾਲ ਫਿਲਟਰ ਕਰੋ ਅਤੇ ਵੱਖ ਕਰੋ। ਇਸ ਜੂਸ ਨੂੰ ਇੱਕ ਕਟੋਰੀ ਦੇ ਵਿੱਚ ਕੱਢ ਲਓ ਅਤੇ ਉਸਦੇ ਵਿੱਚ 2-3 ਚਮਚ ਨਾਰੀਅਲ ਦਾ ਤੇਲ ਮਿਲਾਓ। ਹੁਣ ਇਸ ਜੂਸ ਨੂੰ ਰੂੰ ਦੀ ਮਦਦ ਨਾਲ ਆਪਣੇ ਵਾਲਾਂ ਅਤੇ ਵਾਲਾਂ ਦੀਆਂ ਜੜ੍ਹਾਂ 'ਤੇ ਚੰਗੀ ਤਰ੍ਹਾਂ ਲਗਾਓ। ਇਸ ਦੇ ਨਾਲ ਇਸ ਜੂਸ ਨੂੰ ਸਾਰੇ ਵਾਲਾਂ 'ਤੇ ਲਗਾਓ। ਤੁਹਾਨੂੰ ਇੱਕ ਟੋਨਿਕ ਪੂਰੇ ਵਾਲਾਂ 'ਤੇ ਚੰਗੀ ਤਰ੍ਹਾਂ ਲਗਾਉਣਾ ਹੋਵੇਗਾ। ਇਸ ਨੂੰ 2-3 ਘੰਟੇ ਲਈ ਵਾਲਾਂ 'ਤੇ ਲੱਗਾ ਰਹਿਣ ਦਿਓ ਅਤੇ ਉਸ ਤੋਂ ਬਾਅਦ ਸਾਦੇ ਪਾਣੀ ਦੇ ਨਾਲ ਇਸ ਨੂੰ ਧੋ ਦਵੋ। ਬਿਹਤਰ ਨਤੀਜਿਆਂ ਦੇ ਲਈ ਤੁਸੀਂ ਹਫ਼ਤੇ ਦੇ ਵਿੱਚ 2 ਵਾਰ ਇਸ ਟੋਨਿਕ ਦੀ ਵਰਤੋਂ ਕਰ ਸਕਦੇ ਹੋ। ਇਹ ਟੋਨਿਕ ਨਾ ਸਿਰਫ ਵਾਲਾਂ ਨੂੰ ਕਾਲੇ ਕਰਨ ਦੇ ਵਿੱਚ ਮਦਦਗਾਰ ਸਾਬਿਤ ਹੋਵੇਗਾ, ਬਲਕਿ ਉਸ ਦੇ ਨਾਲ ਵਾਲ ਸੰਘਣੇ, ਲੰਮੇ ਅਤੇ ਮਜ਼ਬੂਤ ਵੀ ਹੋਣਗੇ। ਤਾਂ ਇਸ ਟੋਨਿਕ ਨੂੰ ਬਣਾਓ ਅਤੇ ਬਣਾ ਕੇ ਇਸ ਦਾ ਇਸਤੇਮਾਲ ਕਰੋ। ਇਸ ਨੂੰ ਯੂਜ਼ ਕਰਕੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਫਾਇਦਾ ਹੋਇਆ ਜਾਂ ਫਿਰ ਨਹੀਂ ਹੋਇਆ। ਪਰ ਤੁਸੀਂ ਇਸ ਨੂੰ ਹਫ਼ਤੇ ਦੇ ਵਿੱਚ 2 ਵਾਰ ਜ਼ਰੂਰ ਵਰਤਣਾ ਹੈ। ਇਹ ਟੋਨਿਕ ਬਣਾ ਕੇ ਤੁਸੀਂ ਜਿਹੜਾ ਆ ਇਸ ਨੂੰ ਰੱਖ ਸਕਦੇ ਹੋ। ਉਸ ਤੋਂ ਬਾਅਦ ਇਸ ਨੂੰ ਹਫ਼ਤੇ ਦੇ ਵਿੱਚ 2 ਵਾਰ ਆਪਣੇ ਵਾਲਾਂ 'ਤੇ ਲਗਾ ਸਕਦੇ ਹੋ।